Let's start. ਅੱਜ ਸਮੁੱਚਾ ਵਿਸ਼ਵ ਬਹੁਤ ਸਾਰੀਆਂ ਸਮੱਸਿਆਵਾਂ ਦੇ ਘੁੰਮਣਘੇਰੀ ਵਿੱਚ ਉਲਝਿਆ ਹੋਇਆ ਹੈ ਜਿਨ੍ਹਾਂ ਚੋਂ ਵਾਤਾਵਰਣ ਪ੍ਰਦੂਸ਼ਣ, ਜਨਸੰਖਿਆ ਵਾਧਾ, ਅਰਯੋਗੀਕਰਨ, ਬਿਮਾਰੀਆਂ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਮੱਸਿਆਵਾਂ ਪ੍ਰਮੁੱਖ ਹਨ ਡੰਡੀ ਇਨ੍ਹਾਂ ਸਮੱਸਿਆਵਾਂ ਦੇ ਮਾਰ ਤੋਂ ਬਚਣ ਲਈ ਬਰਟਲੈਂਡ ਰਿਪੋਰਟ 1974 ਵਿੱਚ ਪਹਿਲੀ ਵਾਰ ਚਰ ਸਥਾਈ ਵਿਕਾਸ ਜਾਂ ਟਿਕਾਊ ਵਿਕਾਸ ਦੇ ਧਾਰਨਾ ਨੂੰ ਪਰਿਭਾਸ਼ਿਤ ਕੀਤਾ ਗਿਆ ਜਿਸ ਦਾ ਅਰਥ ਹੈ ਮਨੁੱਖ ਆਪਣੀਆਂ ਵਰਤਮਾਨ ਲੋੜਾਂ ਦੀ ਪੂਰਤੀ ਤਾਂ ਜ਼ਰੂਰ ਕਰੇ ਪਰ ਭਵਿੱਖ ਦੀਆਂ ਲੋੜਾਂ ਨੂੰ ਨજર ਅੰਦਾਜ਼ਾ ਨਾ ਕੀਤਾ ਜਾਵੇ ਡੰਡੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ ਸਾਡੀਆਂ ਕਈ ਸਿੱਖਿਆ ਨੀਤੀਆਂ ਆਈਆਂ ਪਰ ਅੱਜ ਤੱਕ ਅਸੀਂ ਸਾਡੀ ਸਿੱਖਿਆ ਪ੍ਰਣਾਲੀ ਨੂੰ ਕੋਈ ਸਹੀ ਦਿਸ਼ਾ ਪ੍ਰਦਾਨ ਨਹੀਂ ਕਰ ਸਕੇ ਡੰਡੀ ਇਹ ਕਹਿਣ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ ਕਿ ਅਸੀਂ ਤਰਬੇ ਹੀ ਕਰਦੇ ਜਾ ਰਹੇ ਹਾਂ ਡੰਡੀ ਸਾਡੀ ਸਿੱਖਿਆ ਪ੍ਰਣਾਲੀ ਅੱਜ ਬਹੁਤ ਅਹਿਮ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿਨ੍ਹਾਂ ਵਿੱਚ ਕੁਝ ਇਸ ਤਰ੍ਹਾਂ ਹਨ ਡੰਡੀ ਪਰ ਸਭਨੋਂ ਅਹਿਮ ਚੁਣੌਤੀਆਂ ਇਹ ਹੈ ਕਿ ਅੱਜ ਹਰ ਮਨੁੱਖ ਆਪਣੇ ਹੋਣ ਦਾ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ ਡੰਡੀ ਅਸੀਂ ਸਾਰੇ ਹੀ ਸ਼ਾਂਤੀਪੂਰਵਕ ਜਿੰਦਗੀ ਜਿਉਣ ਲਈ ਸੰਘਰਸ਼ ਕਰ ਰਹੇ ਹਾਂ ਡੰਡੀ ਵਿਸ਼ਵ ਸੇਤ ਸੰਗਠਨ ਵੱਲੋਂ 2015 ਵਿੱਚ ਜਾਰੀ ਕੀਤੀ ਰਿਪੋਰਟ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ 25 ਫੀਸੇ ਬੱਚੇ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਜਿਵੇਂ ਤਣਾਅ ਚਿੰਤਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹਨ ਡੰਡੀ ਇਸ ਰਿਪੋਰਟ ਵਿੱਚ ਇਹ ਵੀ ਜ਼ਿਕਰ ਹੈ ਕਿ ਸਮੁੱਚੇ ਵਿਸ਼ਵ ਵਿੱਚ ਹਰ ਸਾਲ 8 ਲੱਖ ਨੌਜਵਾਨ ਖੁਦ ਖੁਦਕੁਸ਼ੀ ਵਰਗੇ ਖਤਰਨਾਕ ਰਸਤੇ ਦੇ ਪਾਂਦੀ ਬਣ ਕੇ ਸਦਾ ਲਈ ਦੁਨੀਆ ਤੋਂ ਕੂਚ ਕਰ ਜਾਂਦੇ ਹਨ ਡੰਡੀ ਜਦੋਂ ਅਸੀਂ ਟਿਕਾਊ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਇਹ ਝਾਨ ਕਿਸੇ ਵੀ ਪੱਖ ਤੋਂ ਟਿਕਾਊ ਨਹੀਂ ਹੈ ਡੰਡੀ ਪਰ ਦੂਜੀ ਚੁਣੌਤੀ ਹੈ ਕਿ ਅਸੀਂ ਇੱਕ ਦੂਸਰੇ ਨਾਲ ਰਹਿਣ ਲਈ ਸੰਘਰਸ਼ ਕਰ ਰਹੇ ਹਾਂ ਡੰਡੀ ਸਮੁੱਚੇ ਵਿਸ਼ਵ ਵਿੱਚ ਨਸਲਵਾਦ ਅਸੈਂਚਿਲਤਾ ਅਤੇ ਧਾਰਮਿਕ ਕਟੜਤਾ ਵਰਗੇ ਅਹਿਮ ਮੁੱਦੇ ਹਨ ਜੋ ਮਨੁੱਖਤਾ ਦੇ ਮੱਥੇ ਤੇ ਕਲੰਕ ਕਲੰਕ ਹਨ ਡੰਡੀ ਅਸੀਂ ਭਾਰਤ ਵਾਸੀ ਵੀ ਇਨ੍ਹਾਂ ਕ੍ਰੂਤੀਆਂ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਚੁੱਕੇ ਹਾਂ ਡੰਡੀ ਅਜਿਹੇ ਰੁਝਾਨ ਜੋ ਜਨਵਰਾਂ ਵਿੱਚ ਵਿਚ ਵੇ ਵੇਖਣ ਨੂੰ ਨਹੀਂ ਮਿਲਦੇ ਮਨੁੱਖ ਉਸ ਦਾ ਸਭ ਤੋਂ ਵੱਧ ਸ਼ਿਕਾਰ ਹੋ ਕੇ ਰਹਿ ਗਿਆ ਹੈ ਡੰਡੀ ਤੀਜੀ ਚੁਣੌਤੀ ਹੈ ਕੁਦਰਤ ਨਾਲ ਇੱਕ ਮਿਕ ਹੋ ਕੇ ਸ਼ਾਂਤੀਪੂਰਵਕ ਜੀਵਨ ਬਤੀਤ ਕਰਨਾ ਡੰਡੀ ਆਪਣੇ ਆਪ ਨੂੰ ਕਾਦਰ ਦੇ ਕੁਦਰਤ ਦਾ ਅੰਛ ਸਮਝਣਾ ਪਰ ਮਨੁੱਖ ਅੱਜ ਕੁਦਰਤ ਤੋਂ ਕੋਹਾਂ ਦੂਰ ਹੋ ਕੇ ਸ਼ਾਂਤੀ ਦੇ ਪਾਲ ਵਿੱਚ ਪਟਕਦਾ ਫਿਰ ਰਿਹਾ ਹੈ ਡੰਡੀ ਸਟਾਰ ਵੈਕਸੀਨ ਨੂੰ ਲੈ ਕੇ ਪਹਿਲਾ ਸਵਾਲ ਹੋਇਆ ਹੈ ਕਿ ਇੰਨੀ ਛੇਤੀ ਕਿਵੇਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਤਿਆਰ ਹੋ ਕੇ ਲੋਕਾਂ ਦੇ ਇਸਤੇਮਾਲ ਲਈ ਆ ਜਾਣਾ ਡੈਂਡੀ ਇਸ ਦਾ ਜਵਾਬ ਇਸ ਤਰ੍ਹਾਂ ਦਿੱਤਾ ਗਿਆ ਕਿ ਸਾਨੂੰ ਪਿਛਲੇ ਤਜਰਬਿਆਂ ਤੋਂ ਐਸਾ ਤਕਨੀਕ ਦਾ ਪਤਾ ਹੈ ਤੇ ਦੂਸਰੇ ਸਰਕਾਰੀ ਆੜਚਣਾ ਵੀ ਨਾਂ ਦੇ ਬਰਾਬਰ ਰਹੀਆਂ ਹਨ ਡੈਂਡੀ ਇਸ ਲਈ 5-6 ਸਾਲ ਦਾ ਸਮਾਂ ਇੱਕ ਸਾਲ ਵਿੱਚ ਸਿਮਟ ਗਿਆ ਹੈ ਡੈਂਡੀ ਇਸ ਦੇ ਨਾਲ ਹੀ ਦੂਸਰਾ ਸਵਾਲ ਜੁੜਦਾ ਹੈ ਕਿ ਸਾਡੇ ਮੁਲਕ ਵਿੱਚ ਵਰਤੀਆਂ ਜਾ ਰਹੀਆਂ ਦੋ ਵੈਕਸੀਨਾ ਵਿੱਚ ਇੱਕ ਦਾ ਅਜੇ ਤੀਸਰਾ ਪਰਖਾ ਪੜਾਹੀ ਪੂਰਾ ਨਹੀਂ ਹੋਇਆ ਤੇ ਇੱਕ ਦਾ ਚੌਥਾ ਪੜਾਹ ਅਜੇ ਬਾਕੀ ਹੈ ਡੈਂਡੀ ਜੈਸਾ ਦਾ ਜਵਾਬ ਰਿਹਾ ਕਿ ਅਸੀਂ ਐਮਰਜੈਂਸੀ ਇਸਤੇਮਾਲ ਵਾਸਤੇ ਹੀ ਇਜਾਜ਼ਤ ਲਈ ਹੈ ਜਦੋਂ ਕਿ ਹੁਣ 1 ਅਪ੍ਰੈਲ ਤੋਂ ਇਹ ਤਕਰੀਬਨ ਸਭ ਲਈ ਖੁੱਲ੍ਹਾ ਰਹੀ ਹੈ ਡੈਂਡੀ ਇਸੇ ਨਾਲ ਜੁੜਦਾ ਇੱਕ ਸਵਾਲ ਇਹ ਵੀ ਚਿਜਕ ਪਾ ਰਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਕੋਈ ਤਕਲੀਫ ਤਾਂ ਨਹੀਂ ਹੋਵੇਗੀ ਡੈਂਡੀ ਨਾਲ ਹੀ ਜਦੋਂ ਪਰਖ ਪੂਰੀ ਨਹੀਂ ਹੋਈ ਤਾਂ ਕੀ ਇਹ ਪ੍ਰਭਾਵੀ ਵੀ ਹੈ ਜਾਂ ਨਹੀਂ ਡੈਂਡੀ ਇਹ ਦੋਵੇਂ ਸਵਾਲ ਬڑے ਵਾਜਬ ਹਨ ਡੈਂਡੀ ਵੈਕਸੀਨ ਪ੍ਰਤੀ ਝਿਜਕਾ ਦੇਖਦੇ ਹੋਏ ਸ਼ਾਇਦ ਇਹ ਇੱਕ ਜਵਾਬ ਬਣਾਇਆ ਗਿਆ ਹੈ ਕਿ ਪ੍ਰਭਾਵੀ ਹੈ ਘੱਟੋ ਘੱਟ ਇੰਨੀ ਕਿ ਇਸ ਨਾਲ ਘਾਤਕ ਸਥਿਤੀ ਨਹੀਂ ਬਣੇਗੀ ਡੈਂਡੀ ਇਸ ਸ਼ੰਕਾ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਫੋਨ ਦੀ ਟੋਨ ਵਿੱਚ ਜੋ ਬੋਲਿਆ ਜਾਂ ਰਿਹਾ ਹੈ ਕਿ ਟੀਕਾ ਲਗਵਾਓ ਤੇ ਨਾਲ ਹੀ 마ਸਕ ਅਤੇ ਸਮਾਜਿਕ ਦੂਰੀ ਵੀ ਬਣਾ ਕੇ ਰੱਖੋ ਡੈਂਡੀ ਇਹ ਨਹੀਂ ਦੱਸ ਰਹੀ ਕਿ ਦੋਹਾਂ ਨੂੰ ਨਾਲ-ਨਾਲ ਰੱਖਣ ਪਿੱਛੇ ਤਰਕ ਕੀ ਹੈ ਟੈਂਡੀ वैक्सीन दी शुरुआत ਅਤੇ ਫਰਵਰੀ ਮਾਰਚ ਵਿੱਚ ਕੇਸਾਂ ਦਾ ਵਧਣਾ ਅਤੇ ਨਵੇਂ ਰੂਪ ਦੀ ਆਮਦ ਵੀ ਵੈਕਸੀਨ ਪ੍ਰਤੀ ਸ਼ੰਕਾ ਪੈਦਾ ਕਰ ਰਹੇ ਹਨ ਕਿ ਕੀ ਇਹ ਐਸਾ ਨਵੇਂ ਰੂਪ ਤੇ ਵੀ ਕਾਰਗਰ ਹੋਵੇਗੀ ਡੈਂਡੀ ਇਸ ਦਾ ਜਵਾਬ ਵੀ ਪੂਰੀ ਤਰ੍ਹਾਂ ਸਾਡੇ ਸਾਹਮਣੇ ਅਜੇ ਆਉਣਾ ਬਾਕੀ ਹੈ ਪਰ ਇੱਕ ਗੱਲ ਉਹੀ ਦੁਹਰਾਈ ਜਾ ਰਹੀ ਹੈ ਕਿ ਇਹ ਬਿਮਾਰੀ ਘਾਤਕ ਰੂਪ ਨਹੀਂ ਅਖਤਿਆਰ ਕਰੇਗੀ ਡੈਂਡੀ ਤੁਸੀਂ ਅੰਦਾਜ਼ਾ ਲਗਾਓ ਕਿ ਹੁਣ ਦੇ ਅੰਕੜਿਆਂ ਮੁਤਾਬਕ 1 ਕਰੋੜ 20 ਲੱਖ ਕੇਸ ਹੋਏ ਹਨ ਅਤੇ 1 ਲੱਖ 12000 ਲੋਕਾਂ ਦੀ ਮੌਤ ਹੋਈ ਹੈ ਜੋ ਕਿ 1.5% ਦੀ ਬਣਦੀ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮੁਕਾਬਲ ਤਨ ਘਟਕਾਤਕ ਹੋਣ ਦੀ ਪੁਸ਼ਟੀ ਕਰਦੀ ਹੈ ਡੈਂਡੀ ਇਸ ਮੌਤ ਦਰ ਵਿੱਚੋਂ ਵੀ ਜ਼ਿਆਦਾਤਰ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੰਨ ਡੈਂਡੀ ਸਭ ਤੋਂ ਮਹੱਤਵਪੂਰਨ ਗੱਲ ਕੇ ਸ਼ੰਕੇ ਅਤੇ ਸਵਾਲਾਂ ਦੇ ਜਵਾਬ ਆ ਜਾਣ ਦੇ باوجود ਵੀ ਲੋਕ ਉਤਸ਼ਾਹ ਨਾਲ ਅੱਗੇ ਨਹੀਂ ਆ ਰਹੇ ਡੈਂਡੀ ਦੇਸ਼ ਵੱਲੋਂ ਬਣਾਈ ਗਈ ਸੁਰਖੀਦਾਰ ਖਬਰ ਦੁਨੀਆ ਦਾ ਸਭ ਤੋਂ ਵੱਡੀ ਟੀਕਾ ਕਰਨਾ ਮੁਹੰਮਮ ਪਿੱਛੇ ਪੈਂਦੀ ਤੈਸ ਰਹੀ ਹੈ ਡੈਂਡੀ 30 ਕਰੋੜ ਦੇ ਮਿੱਥੇ ਅੰਕੜੇ ਚੋਂ ਪਹਿਲਾ ਟੀਕਾ ਸਿਰਫ 3 ਕਰੋੜ ਨੇ ਲਗਵਾਇਆ ਹੈ ਤੇ ਦੂਸਰਾ ਟੀਕਾ ਪੂਰੀ ਡੋਜ਼ 78 ਲੱਖ ਲੋਕਾਂ ਨੇ ਲਗਵਾਈ ਹੈ ਡੈਂਡੀ ਸ਼ਾਇਦ ਇਹ ਹੀ ਕਾਰਨ ਹੈ ਕਿ 1 ਅਪ੍ਰੈਲ ਤੋਂ ਟੀਕਾ ਲਗਵਾਉਣ ਦੀ ਉਮਰ ਘਟਾ ਕੇ 45 ਸਾਲ ਕਰ ਦਿੱਤੀ ਹੈ ਤੇ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੈ ਡੈਂਡੀ ਐਸਾ ਸਾਰੀ ਮੁਹਿਮ ਪ੍ਰਤੀ ਅਵਿਸ਼ਵਾਸ ਅਤੇ ਚਿਜਕ ਪਿੱਛੋਂ ਇੱਕ ਕਾਰਨ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਸਾਰੀ ਮੁਹਿਮ ਦੀ ਵਾਗ ਡੋਰ ਰਾਜਤ ਰਾਜ ਨੇਤਾਵਾਂ ਨੇ ਆਪਣੇ ਹੱਥ ਵਿੱਚ ਲਈ ਹੋਈ ਹੈ ਡੈਂਡੀ ਉਹੀ ਅੱਗੇ ਆ ਕੇ ਅਪੀਲ ਕਰ ਰਹੇ ਹਨ ਤੇ ਕੁਝ ਕ ਪ੍ਰਸ਼ਾਸਨਿਕ ਵਿਅਕਤੀ ਤੇ ਸਾਡੇ ਦੇਸ਼ ਦਾ ਮਾਹੌਲ ਹੈ ਕਿ ਸਾਨੂੰ ਇਹਨਾਂ ਦੋਹਾਂ ਤੇਰਾ ਤੇ ਹੀ ਵਿਸ਼ਵਾਸ ਨਹੀਂ ਹੈ ਡੈਂਡੀ ਕਰੋਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ਇੱਕ ਸਾਲ ਦੌਰਾਨ ਬਿਮਾਰੀ ਨਾਲ ਲੜਨਾ ਅਤੇ ਹੁਣ ਵੈਕਸੀਨ ਬਾਰੇ ਸਮਝਾਉਣ ਦੱਸਣ ਵਿਗਿਆਨਿਕ ਪੱਖ ਰੱਖਣ ਵਿੱਚ ਦੇਸ਼ ਪੱਧਰ ਤੇ ਕੋਈ ਵੀ ਡਾਕਟਰ ਅੱਗੇ ਨਹੀਂ ਲਿਆਇਆ ਗਿਆ ਹੈ ਡੈਂਡੀ ਭਾਵੇਂ ਕਿ ਕੁਝਕ ਮਾਹਰ ਆਪਣੇ ਪੱਧਰ ਤੇ ਇਹ ਕਾਰਜ ਕਰ ਰਹੇ ਹਨ ਡੈਂਡੀ ਜੇਕਰ ਕਹੀਏ ਕਿ ਲੋਕਡਾਊਨ ਕਿਉਂ ਰਾਤ ਦੇ ਕਰਫਿਊ ਦੀ ਕੀ ਤੋਕਾ ਤੀਕਾ ਕਰਨਾ ਵਿੱਚ ਅੜਿੱਕਿਆਂ ਵੈਕਸੀਨ ਦੇ ਨਾਲ-ਨਾਲ 마ਸਕ ਅਤੇ ਵਿਅਥਾ ਬਣਾ ਕੇ ਰੱਖਣ ਦਾ ਵਿਗਿਆਨਕ ਪੱਖ ਕੀ ਹੈ ਜੋ ਜੋ ਕੇ ਹੈ ਪਰ ਦੱਸਿਆ ਨਹੀਂ ਜਾਵੇਗਾ ਤਾਂ ਭੰਬਲ ਪੂਸਾ ਲਾਜ਼ਮੀ ਖੇ ਤੇ ਫਿਰ ਝਿਜਕ ਬਣੀ ਰਹੇਗੀ ਡੈਂਡੀ ਇਹ ਗੱਲ ਵੱਖਰੀ ਹੈ ਕਿ ਸਰਕਾਰ ਇਸ ਨੂੰ ਲਾਜ਼ਮੀ ਬਣਾਉਣ ਲਈ ਕੋਈ ਗੈਰ ਵਿਗਿਆਨਿਕ ਬੇਸਮਝ ਸ਼ਰਤਾਂ ਨਾ ਲਾਵੇ ਜਿਵੇਂ ਟੀਕਾ ਨਹੀਂ ਤਾਂ ਸਕੂਲ ਨਹੀਂ ਟੀਕਾ ਨਹੀਂ ਤਾਂ ਨੌਕਰੀ ਨਹੀਂ ਡੈਂਡੀ ਪੈਰਾ ਜਦੋਂ ਕਿ ਮਾਨਸਿਕਾ ਸ਼ਾਂਤੀ ਤਾਂ ਕੁਦਰਤ ਦੀ ਗੋਦ ਵਿੱਚ ਹੀ ਲੱਭ ਸਕਦੀ ਹੈ ਡੈਂਡੀ ਚੌਥੀ ਚੁਣੌਤੀ ਹੈ ਕਿ ਕੁਦਰਤ ਅਤੇ ਸਮਾਜ ਤੋਂ ਟੁੱਟ ਕੇ ਇਨਸਾਨ ਮੈਂ ਦੀਆਂ ਅਜਹੀਆਂ ਵਲਗਣਾ ਵਿੱਚ ਆਪਣੇ ਆਪ ਨੂੰ ਬੰਦਾ ਕਰਦਾ ਜਾ ਰਿਹਾ ਹੈ ਕਿ ਉਸ ਲਈ ਦੇਸ਼ ਸਮਾਜ ਰਿਸ਼ਤੇ ਨਾਤੇ ਭੈਣ ਭਰਾ ਸਭ ਬੇਗਾਨੇ ਹੀ ਹਨ ਡੰਡੀ ਅਜੇ ਹੀ ਮੈਂ ਪੱਖੀ ਸੰਕਿਰਣ ਸੋਚ ਸਾਨੂੰ ਇਕਲਤਾ ਦੀ ਅਜੇ ਹੀ ਡੂੰਗੀ ਤੇ ਹਨੇਰੀ ਖਾਈ ਵਿੱਚ ਸੁੱਟ ਦਿੰਦੀ ਹੈ ਜਿੱਥੋਂ ਮੁੜ ਕੇ ਨਿਕਲਣਾ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਹੈ ਡੰਡੀ ਇਹ ਸਭ ਚੁਣੌਤੀਆਂ ਕਿਉਂ ਪੈਦਾ ਹੋਈਆਂ ਪ੍ਰਸ਼ਨ ਹੈ ਕਿਵੇਂ ਪੈਦਾ ਹੋਈਆਂ ਅਤੇ ਇਹਨਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਪ੍ਰਸ਼ਨ ਚੈਨ ਇਹ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਉੱਤਰ ਲੱਭਿਆ ਜਾਣਾ ਅਤਿ ਅੰਤ ਜ਼ਰੂਰੀ ਹੈ ਡੈਂਡੀ ਸ਼ਾਇਦ ਇਹ ਪ੍ਰਸ਼ਨ ਨਾ ਤਾਂ ਸਾਡੀਆਂ ਰਾਜਸੀ ਤੇ ਸਮਾਜਿਕ ਤਿਰਾਂ ਨੂੰ ਚਿੰਤਤ ਕਰਦੇ ਹਨ ਅਤੇ ਨਾ ਹੀ ਸਾਡੇ ਧਾਰਮਿਕ ਕਹਾਣ ਵਾਲੇ ਰਹਿਬਰਾਂ ਦੀ ਫਿਰਕੂ ਇਕਾਗਰਤਾ ਨੂੰ ਭੰਗ ਕਰਦੇ ਹਨ ਡੰਡੀ ਜੇਕਰ ਕੋਈ ਚਿੰਤਤ ਹੈ ਤਾਂ ਸੱਚੀ ਤੇ ਸੁੱਚੀ ਸੋਚ ਵਾਲੇ ਕੁਝ ਨਾ માત્ર ਚਿੰਤਕ ਹੀ ਹਨ ਜੋ ਅਜਹੀਆਂ ਚੁਣੌਤੀਆਂ ਦਾ ਹੱਲ ਸਿਰਫ ਸਿੱਖਿਆ ਤੰਤਰ ਦੇ ਸੁਧਾਰਾਂ ਵਿੱਚੋਂ ਹੀ ਮਿਲਣ ਲਈ ਆਸਵੰਦ ਹਨ ਡੰਡੀ ਇਨਾਂ ਚੁਣੌਤੀਆਂ ਦੇ ਚੱਲਦੇ ਸਾਡੇ ਸਿੱਖਿਆ ਤੰਤਰ ਵਿੱਚ ਕੁਝ ਅਹਿਮ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਡੈਂਡੀ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਦ ਨੂੰ ਬਦਲਣਾ ਹੋਵੇਗਾ ਡੈਂਡੀ ਅਗਲਾ ਕਦਮ ਸਾਡੀ ਸਿੱਖਿਆ ਅਤੇ ਸਿੱਖਣ ਦੀਆਂ ਵਿਧੀਆਂ ਰਾਹੀਂ ਕੁਝ ਸਾਰਥਿਕ ਤਬਦੀਲੀਆਂ ਕਰਨੀਆਂ ਪੈਣਗੀਆਂ ਡੈਂਡੀ ਸਾਡਾ ਸਿੱਖਿਆ ਪ੍ਰਬੰਧ ਜੋ ਸਾਨੂੰ ਸਿੱਖਿਆ ਦੇ ਰਿਹਾ ਹੈ ਉਸ ਅਨੁਸਾਰ ਸਾਡੀ ਸਮੁੱਚੀ ਸਿੱਖਿਆ ਦਾ ਇੱਕੋ ਇੱਕ ਮਕਸਦਾ ਵਾਧ ਤੋਂ ਵਾਧ ਧਨ ਸੰਪਤੀ ਤੇ ਸਮਾਜਿਕ ਰੁਤਬਾ ਪ੍ਰਾਪਤ ਕਰਨਾ ਹੈ ਡੈਂਡੀ ਇਸ ਲਈ ਮੈਂ ਅਤੇ ਤੂੰ ਅਸੀਂ ਅਤੇ ਤੁਸੀਂ ਵਿਚਕਾਰ ਲਗਾਤਾਰ ਨਕਾਰਾਤਮਕ ਮੁਕਾਬਲੇਬਾਜ਼ੀ ਅਤੇ ਤਕਰਾਰ ਹਮੇਸ਼ਾ ਸਿਖਰਾਂ 'ਤੇ ਰਹਿੰਦੀ ਹੈ ਜੋ ਹਰ ਹਾਲਤ ਵਿੱਚ ਖਤਮ ਕੀਤੀ ਜਾਣੀ ਚਾਹੀਦੀ ਹੈ ਡੈਂਡੀ ਸਾਡੀ ਕੌਮੀ ਸਿੱਖਿਆ ਨੀਤੀ 2020 ਦਾ ਆਗਾਜ਼ ਹੋ ਚੁੱਕਿਆ ਹੈ ਡੈਂਡੀ ਵਿਦਵਾਨਾਂ ਸਿੱਖਿਆ ਸ਼ਾਸਤਰੀਆਂ ਅਤੇ ਰਾਜਸੀ ਲੋਕਾਂ ਵੱਲੋਂ ਹੱਕ ਅਤੇ ਵਿਰੋਧ ਵਿੱਚ ਬਹੁਤ ਦਾਵੇ ਕੀਤੇ ਜਾ ਰਹੇ ਹਨ ਡੈਂਡੀ ਪਹਿਲਾਂ ਤੋਂ ਹੀ ਸਮੱਸਿਆਵਾਂ ਵਿੱਚ ਘिरी ਸਾਡੀ ਸਿੱਖਿਆ ਪ੍ਰਣਾਲੀ ਨੂੰ ਕਰੋਨਾ ਦੀ ਕਰੂਰਤਾ ਨੇ ਹੋਰ ਵੀ ਝੰਬ ਕੇ ਰੱਖ ਦਿੱਤਾ ਹੈ ਡੈਂਡੀ ਇਹ ਅਹਿਮ ਸਵਾਲ ਦਾ ਜਵਾਬ ਤਾਂ ਅਜੇ ਵੀ ਪਵਿੱਖ ਦੇ ਗਰਭ ਵਿੱਚ ਹੀ ਹੈ ਕਿ ਸਾਡੀ ਕੌਮੀ ਸਿੱਖਿਆ ਨੀਤੀ 2020 ਅਪਰੋਚ ਅਪਰੋਕਤ ਚੁਣੌਤੀਆਂ ਦਾ ਕਿਸ ਹੱਦ ਤੱਕ ਮੁਕਾਬਲਾ ਕਰਨ ਵਿੱਚ ਸਫਲ ਹੋਵੇਗੀ ਡੰਡੀ ਕੋਵਿਡ 19 ਕਰੋਨਾ ਪਰਿਵਾਰ ਦਾ ਇੱਕ ਵਾਇਰਸ ਹੈ ਵਾਇਰਸ ਨਾਲ ਹੋਣ ਵਾਲਾ ਬੁਖਾਰ, ਖੰਸੀ, ਕਮਜ਼ੋਰੀ ਤੇ ਜਦੋਂ ਇਹ ਵਾਇਰਸ ਗਲੇ ਤੋਂ ਫੇਫੜਿਆਂ ਵਿੱਚ ਦਾਖਲ ਹੋ ਜਾਵੇ ਤਾਂ ਆਕਸੀਜਨ ਦੀ ਕਮੀ ਕਾਰਨ ਸਾਹ ਚੜਨਾ ਤੇ ਕਿਤੇ ਕਿਤੇ ਇਹ ਘਾਤਕ ਵੀ ਸਬਤ ਹੁੰਦਾ ਹੈ ਤੇ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਘਾਤਕ ਹੋਣ ਪਿੱਛੇ ਉਸ ਵਿਅਕਤੀ ਦੀ ਪਹਿਲਾਂ ਹੀ ਚੱਲ ਰਹੀ ਸਰੀਰਕ ਸਰੀਰਕ ਹਾਲਤ ਵੀ ਹਿੱਸਾ ਪਾਉਂਦੀ ਹੈ ਡੰਡੀ ਜਿਵੇਂ ਸ਼ੂਗਰ ਰੋਗ ਦਿਲ ਦੀ ਬਿਮਾਰੀ ਦਮਾ ਕੈਂਸਰ ਆਦਿ ਪਾਵ ਜਿੱਥੇ ਵਿਅਕਤੀ ਪਹਿਲਾਂ ਤੋਂ ਲਿਮੇਰੀ ਬਿਮਾਰੀ ਦੀ ਦਵਾਈ ਖਾ ਰਿਹਾ ਹੈ ਡੰਡੀ ਸਾਲ 2020 ਦੇ ਸ਼ੁਰੂਆਤੀ ਦਿਨਾਂ ਤੋਂ ਕੋਵਿਡ-19 ਦੇ ਫੈਲਣ ਦੀਆਂ ਖਬਰਾਂ ਆਈਆਂ ਤੇ ਫਿਰ ਇੱਕ ਤੋਂ ਬਾਅਦ ਇੱਕ ਪੂਰੇ ਦੇਸ਼ ਵਿਸ਼ਵ ਵਿੱਚ ਸਾਡੇ ਗਲੋਬਲ ਵਿਲੇਜ ਵਿੱਚ ਇਹ ਪਸਰ ਗਿਆ ਤੇ ਸਭ ਨੇ ਦੇਖਾ ਦੇਖੀ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਲਾਕਡਾਊਨ ਦਾ ਇੱਕ ਵੱਖਰਾ ਸੰਤਾਪ ਹੰਡਾਇਆ ਲਾਕਡਾਊਨ ਦੀ ਸਲਾਹ ਵਿਸ਼ਵ ਸੰਸਥਾ ਵੱਲੋਂ ਕਦੇ ਨਹੀਂ ਆਈ ਡੰਡਿੰਗ ਉਹਨਾਂ ਤੇ ਸਿਰਫ ਕੋਵਿਡ-19 ਬਾਰੇ ਚਤਾਵਨੀ ਦਿੱਤੀ ਅਤੇ ਸਾਵਧਾਨ ਕੀਤਾ ਤੇ ਆਪਣੀਆਂ ਸਿਹਤ ਸਵਾਮਾਂ ਦਾ ਜਾਇਜ਼ਾ ਲੈਣਾ ਅਤੇ ਤਿਆਰੀ ਕਰਨ ਨੂੰ ਕਿਹਾ ਡੰਡੀ ਲੋਕਡਾਊਨ ਅਤੇ ਸਾਡਾ ਮੁਲਕ ਇਹ ਦੋ ਅਜਿਹੇ ਸੰਬੰਧ ਸਨ ਜਿਸ ਨੂੰ ਅਸੀਂ ਵੀ ਦੇਖਿਆ ਅਤੇ ਵਿਸ਼ਵ ਵਿੱਚ ਵੀ ਇਸ ਦੀ ਚਰਚਾ ਹੋਈ ਡੰਡੀ ਬਿਮਾਰੀ ਹੋਈ ਬੜੀ ਤੇਜ਼ੀ ਨਾਲ ਫੈਲੀ ਡੰਡਿੰਗ ਵਿਸ਼ਵ ਸਿਹਤ ਸੰਸਥਾ ਨੇ ਸ਼ੁਰੂ ਵਿੱਚ ਹੀ ਕਿਹਾ ਕਿ ਬਿਮਾਰੀ ਦੇ ਫੈਲਣ ਦੀ ਰਫ਼ਤਾਰ ਤੇਜ਼ ਹੈ ਪਰ ਮੁਕਾਬਲਤਨ ਇਹ ਘਾਤਕ ਕਾਫੀ ਘੱਟ ਹੈ ਪਰ ਅਸੀਂ ਫਲਾਬ ਵਾਲੇ ਪੱਖ ਨੂੰ ਉਭਾਰਿਆ ਡੰਡਿੰਗ ਕਹਿਰ ਕ ਹਾਰ ਹੈ ਰੋਜ ਵੱਧ ਗਿਣਤੀ ਨੂੰ ਉਭਾਰਿਆ ਅਤੇ ਇੱਕ ਪੈਦਾ ਮਾਹੌਲ ਸਿਰਜਿਆ ਜੋ ਕਿ ਰਾਜਨੀਤੀ ਨੂੰ ਹਮੇਸ਼ਾ ਮਾਫਕ ਆਉਂਦਾ ਹੈ ਡੰਡੀ ਬਿਮਾਰੀ ਹੋਈ ਤਾਂ ਇਸ ਦੇ ਇਲਾਜ ਦੀ ਗੱਲ ਵੀ ਚੱਲ ਪਈ ਡੰਡੀ ਮੈਡੀਕਲ ਵਿਭਾਗ ਕੋਲ ਕਈ ਵਾਇਰਸ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਸੂਚੀ ਹੈ ਡੰਡੀ ਚੇਚਕਾ ਖਸਰੇ ਤੋਂ ਲੈ ਕੇ ਐਡਜ਼ ਹੈਪੇਟਾਈਟਿਸ ਆਦ ਤੱਕ ਡੰਡੀ ਇਹ ਵੀ ਇੱਕ ਸੱਚ ਹੈ ਕਿ ਸਾਡੇ ਕੋਲ ਐਂਟੀਬਾਇਓਟਿਕ ਵਾਂਗ ਐਂਟੀਵਾਇਰਲ ਦਵਾਈਆਂ ਨਹੀਂ ਹਨ ਡੰਡੀ ਬਣ ਨਹੀਂ ਸਕੀਆਂ ਤੋਂ ਵੱਧ ਇਹਨਾਂ ਦਵਾਈਆਂ ਦੇ ਮਾੜੇ ਪ੍ਰਭਾਵ ਵੱਧ ਦੇਖਣ ਨੂੰ ਮਿਲਦੇ ਹਨ ਡੰਡੀ ਕਿਡਜ਼ ਦੀ ਬਿਮਾਰੀ ਲਈ ਇਸਤੇਮਾਲ ਦਵਾਈਆਂ ਬਾਰੇ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇੜਤ ਜੇਕਰ ਐਡਜ਼ ਨਾਲ ਨਹੀਂ ਮਰੇਗਾ ਤਾਂ ਦਵਾਈਆਂ ਦੇ ਕੋ ਪ੍ਰਭਾਵ ਨਾਲ ਵੀ ਉਹ ਕਾਫੀ ਪ੍ਰਭਾਵਿਤ ਹੁੰਦੇ ਹਨ ਡੰਡੀ ਬਿਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਵੱਖ-ਵੱਖ ਹੋ ਰਹੇ ਦਵਾਈਆਂ ਦੇ ਤਰਬੇ ਦੇ ਨਾਲ ਵੈਕਸੀਨ ਦੀ ਗੱਲ ਆਉਂਦੀ ਰਹੀ ਡੰਡੀ ਵੈਕਸੀਨ ਨੂੰ ਲੈ ਕੇ ਵਿਸ਼ਵ ਦੀਆਂ ਵੱਖ-ਵੱਖ ਕੰਪਨੀਆਂ ਦੇ ਨਾਂ ਆਏ ਡੰਡੀ ਉਹਨਾਂ ਦੇ ਪ੍ਰਕਾ ਤੇ ਨੂੰ ਲੈ ਕੇ ਖਬਰਾਂ ਆਈਆਂ ਕਿ ਕਿਹੜੇ ਕਿਹੜੇ ਪੜਾ ਵਿੱਚ ਕਿਹੜੀ ਵੈਕਸੀਨ ਚੱਲ ਰਹੀ ਹੈ ਡੰਡੀ ਸਾਲ ਤੋਂ 2 ਸਾਲ ਤੱਕ ਦੇ ਦਾਅਵੇ ਪੇਸ਼ ਹੋਏ ਟੰਡੀਪਰਾ ਸਾਡੇ ਮੁਲਕ ਨੇ ਜਿੱਥੇ ਕਰੋਨਾ ਦੀ ਆੜ ਵਿੱਚ ਕਈ ਰਾਜਨੀਤਿਕ ਲਾਹੇ ਲਹੇ ਉੱਥੇ ਵੈਕਸੀਨ ਦਾ ਵੀ ਰਾਨੀਤੀਕਰਨ ਜਾਰੀ ਰਿਹਾ ਡੰਡੀ ਦੇ ਪ੍ਰਧਾਨ ਮੰਤਰੀ ਦੀ ਖਾਇਸ਼ ਸੀ ਕਿ ਉਹ 15 ਅਗਸਤ ਤੇ ਲਾਲ ਕਿਲੇ ਤੇ ਝੰਡਾ ਚੁਲਾਉਂਦੇ ਦੇਸ਼ ਦੀ ਇਸ ਪ੍ਰਾਪਤੀ ਨੂੰ ਆਪਣੇ ਖਾਤੇ ਵਿੱਚ ਦਰਜ ਕਰਵਾਉਣ ਡੰਡੀ ਪਰ ਵਿਗਿਆਨ ਦੀ ਸਮਝ ਨੇ ਇਹ ਸੰਭਵ ਨਾ ਕੀਤਾ ਤੇ ਪ੍ਰਧਾਨ ਮੰਤਰੀ ਨੂੰ ਨਿਰਾਸ਼ ਕੀਤਾ ਡੰਡੀ ਫਿਰ ਇਸ ਨੂੰ ਬਿਹਾਰ ਦੀਆਂ ਚੋਣਾਂ ਵਿੱਚ ਮੁੱਦਾ ਬਣਾਇਆ ਗਿਆ ਕਿ ਜਿੱਤਾਂਗੇ ਤਾਂ ਸਭ ਨੂੰ ਮੁਫਤ ਟੀਕਾ ਦੇਵਾਂਗੇ ਡੰਡੀ ਵੈਕਸੀਨ ਦੀ ਕਾਲ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਵੈਕਸੀਨ ਦੇ ਪੈਦਾਵਾਰ ਨੂੰ ਜਾਣਨ ਲਈ ਦਵਾਈ ਕੰਪਨੀਆਂ ਦਾ ਦੌਰਾ ਕੀਤਾ ਡੰਡੀ ਹੁਣ ਇਸ ਸਾਰੀ ਸਥਿਤੀ ਦੇ ਮੱਦੇ ਨਜ਼ਰ ਜਿਸ ਵੈਕਸੀਨ ਨੋ ਨੋ ਲੈ ਕੇ ਕਰੋਨਾ ਤੇ ਕਾਬੂ ਪਾਉਣ ਦੀ ਗੱਲ ਸੀ ਇਹ ਇੱਕ ਇੱਕ ਹੱਲ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ਡੰਡੀ ਉਹ ਜੋ ਕਾਲ ਸੀ ਉਹ ਹੁਣ ਝਿਜਕ ਵਿੱਚ ਕਿਵੇਂ ਤਬਦੀਲ ਹੋ ਗਈ ਹੈ ਡੰਡੀ ਮਾਹੌਲ ਬਣਾਉਣ ਲਈ ਡਰਾਈ 1 ਰਨ ਇੱਕ ਬੇਮਤਲਬ ਤਿਆਰੀ ਦਾ ਨਾਟਕ ਕੀਤਾ ਗਿਆ ਡੰਡੀ ਇੱਕ ਐਪ ਤਿਆਰ ਕੀਤਾ ਗਿਆ ਡੰਡੀ ਉਸ ਵਿੱਚ ਰਜਿਸਟ੍ਰੇਸ਼ਨ ਅਤੇ ਵਾਰੀ ਦੀ ਉਡੀਕ ਦਾ ਵਾਤਾਵਰਣ ਬਣਾਇਆ ਗਿਆ ਡੰਡੀ ਇਸ ਤਰ੍ਹਾਂ ਵੈਕਸੀਨ ਨਿਰੰਤਰ ਖਬਰਾਂ ਦਾ ਹਿੱਸਾ ਰਹੀ ਪਰ ਹੁਣ ਲੋਕ ਵੈਕਸੀਨ ਲਗਾਉਣ ਤੋਂ ਪਹਿਲਾਂ ਪੁੱਛਦੇ ਹਨ ਵੈਕਸੀਨ ਲਗਵਾਈਏ ਜਾਂ ਨਹੀਂ ਡੰਡੀ ਭਾਵੇਂ ਦੇ ਦੂਸਰੇ ਪੜਾਅ ਦੌਰਾਨ ਪੀ ਐਮ ਸੀ ਐਮ ਦੇ ਟੀਕਾ ਲਗਵਾਉਣ ਦੀਆਂ ਤਸਵੀਰਾਂ ਨੂੰ ਕਾਫੀ ਫਲਾਇਆ ਗਿਆ ਪਰ ਲੋਕਾਂ ਵਿੱਚ ਵਿਸ਼ਵਾਸ ਨਹੀਂ ਬਣ ਸਕਿਆ ਡੰਡੀ ਵੈਕਸੀਨ ਮੈਡੀਕਲ ਵਿਗਿਆਨ ਦੀ ਚਮਤਕਾਰ ਪ੍ਰਾਪਤੀ ਹੈ ਡੰਡੀ ਇਸ ਦੇ ਨਾਲ ਕਈ ਤਰ੍ਹਾਂ ਦੇ ਇਤਿਹਾਸ ਰਚੇ ਗਏ ਹਨ ਡੰਡੀ ਚੇਚਕ ਅਤੇ ਪੋਲੀਓ ਦੇ ਖਾਤਮੇ ਤੋਂ ਲੈ ਕੇ ਹਲਕਾ ਕੁੱਤੇ ਦਾ ਕੱਟਣਾ ਨਾਲ ਮੌਤਾਂ ਦਾ ਰੁਕਣਾ ਇਹਨਾਂ ਕਰਕੇ ਹੀ ਸੰਭਵ ਹੋਇਆ ਡੰਢੀ ਵੈਕਸੀਨ ਦੀ ਆਮਦ ਤੋਂ ਲੈ ਕੇ ਇਸ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਹਨ ਭਾਵੇਂ ਸਰਕਾਰ ਮੋਬਾਈਲ ਰਿੰਗਟੋਨ ਰਾਹੀਂ ਟੀਕਿਆਂ ਨੂੰ ਪ੍ਰਭਾਵੀ ਕਹਿ ਰਹੀ ਹੈ ਤੇ ਨਾਲ ਹੀ ਕਿਸੇ ਵੀ ਪਰਮ ਅਫਾ ਤੋਂ ਪਰੇ ਰਹਿਣ ਦੀ ਹਦਾਇਤ ਵੀ ਕਰ ਰਹੀ ਹੈ ਡੰਡੀ ਅੱਜ ਤੋਂ ਲਗਭਗ 6 ਸਦੀਆਂ ਪਹਿਲਾਂ ਦੁਨੀਆ ਦੇ ਮਹਾਨ ਇਨਕਲਾਬੀ ਰਹਿਬਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਕਮਾਂ ਦੇ ਜ਼ਬਰ ਜ਼ੁਲਮ ਊਚ ਨੀਚ ਤੇ ਰਿਸ਼ਵਤ ਖੋਰੀ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਜਿਹੜੀ ਪੂਰੇ ਬ੍ਰਹਿਮੰਡ ਚ ਗੂੰਜੀ ਸੀ ਅਤੇ ਦਬੇ ਕੁਚਲੇ ਲੋਕਾਂ ਨੂੰ ਪਹਿਲੀ ਵਾਰ ਆਪਣੇ ਇਨਸਾਨ ਹੋਣ ਦਾ ਅਹਿਸਾਸ ਹੋਇਆ ਸੀ ਅਤੇ ਉਹਨਾਂ ਨੂੰ ਜਾਪਿਆ ਸੀ ਕਿ ਉਹ ਵੀ ਧਾਰਮਿਕ ਰਾਜਸੀ ਆਗੂਆਂ ਵਾਂਗ ਉਹਨਾਂ ਦੇ ਬਰਾਬਰ ਦੇ ਹੀ ਧਰਤੀ ਦੇ ਜੀਵ ਹਨ ਡੰਡੀ ਉਸ ਸਮੇਂ ਦੇ ਬ੍ਰਾਹਮਣ ਕਾਜ਼ੀਆਂ ਨੂੰ ਜਿਹੜੇ ਉਦੋਂ ਧਰਤੀ ਦੇ ਰੱਬ ਸਮਝੇ ਜਾਂਦੇ ਸੀ ਬਾਬਾ ਨਾਨਕ ਨੇ ਰਿਸ਼ਵਤ ਤੇ ਵੱਡੇ ਖੋਰ ਆਖ ਕੇ ਉਹਨਾਂ ਨੂੰ ਦੇ ਖੋਕਲੇ ਖੋਖਲੇ ਸਥਾਪਤੇ ਨੂੰ ਜਿੱਥੇ ਸਿੱਧੇ ਚੁਣੌਤੀ ਦਿੱਤੀ ਸੀ ਉੱਥੇ ਆਮ ਲੋਕਾਂ 'ਚ ਇਸ ਜ਼ਲਮ ਤੇ ਪ੍ਰਸ਼ਟ ਟੋਲੇ ਵਿਰੁੱਧ ਖੜਾ ਹੋਣ ਦੀ ਹਿੰਮਤ ਪੈਦਾ ਕੀਤੀ ਸੀ ਜਿਸ ਨਾਲ ਧਰਤੀ ਦੇ ਹਰ ਮਨੁੱਖ 'ਚ ਬਰਾਬਰੀ ਦਾ ਅਹਿਸਾਸ ਜਾਗਿਆ ਸੀ ਡੰਡੀ ਉਹ ਧਰਤੀ ਜਿਸ ਦੇ ਮਹਾਨ ਰੈਬਰਾਂ ਨੇ ਅੱਜ ਤੋਂ 6 ਸਦੀਆਂ ਪਹਿਲਾਂ ਸੁੱਤੇ ਲੋਕਾਂ ਨੂੰ ਜਗਾਇਆ ਸੀ ਮੌਕੇ ਦੇ ਪ੍ਰਸ਼ਟ ਸਮਾਜਿਕ ਪ੍ਰਬੰਧਾਂ ਨੂੰ ਵਗਾਰਦਿਆਂ ਅਖੌਤੀ ਨੀਤੀਆਂ ਜਾਤਾਂ ਨਾਲ ਯਾਰੀ ਲਾਈ ਸੀ ਅਤੇ ਉਹਨਾਂ ਨੂੰ ਸਰਦਾਰੀਆਂ ਬਖਸ਼ ਕੇ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ ਮੁਕਤ ਕਰਨ ਦਾ ਯਤਨ ਕੀਤਾ ਸੀ ਡੰਡੀ ਅੱਜ ਉਸ ਧਰਤੇ ਦੇ ਵਿੜੇ ਚ ਉਸ ਇਨਕਲਾਬੀ ਗੀਤ ਨੂੰ ਗਾਉਣ ਵਾਲਾ ਸਿੱਖੀ ਦੇ ਵੱਲਿਓ ਨਿੱਕੇ ਖੰਡਿਓ ਤਿੱਖੇ ਤਾਰਾਂ ਤੇ ਤੁਰਨ ਵਾਲਾ ਕੋਈ ਵਿਖਾਏ ਨਹੀਂ ਦੇ ਰਹਾ ਡੰਢੀ ਜਿਹੜਾ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਸੀ ਉਹ ਅੱਜ ਉਥੇ ਸਿੱਖੀ ਦੀ ਬਾਤ ਪਾਉਣੇ ਹੀ ਵਿਸਤਰ ਗਈ ਹੈ ਜ਼ੁਲਮ ਜ਼ਬਰ ਤੇ ਭ੍ਰਸ਼ਟਾਚਾਰ ਵਿਰੁੱਧ ਅਸੀਂ ਮੋਮ ਬੱਤੀਆਂ ਫੜ ਕੇ ਤੇ ਸ਼ਹੀਦਾਂ ਦੇ ਪਿੰਡ ਦੇ ਮਿੱਟੀ ਦੇ ਸੌ ਚੱਕ ਕੇ ਤੁਰਨ ਨੂੰ ਤਾਂ ਕਾਲੇ ਹਾਂ ਪਰੰਤੋ ਆਪਣੇ ਉਸ ਮਹਾਨ ਇਨਕਲਾਬੀ ਵਿਰਸੇ ਦੀ ਗੱਲ ਜਿਸ ਨੂੰ ਸਰਬੱਤ ਦੇ ਭਲੇ ਵਾਲਾ ਵਿਸ਼ਵ ਸਿਰਜਣਾ ਹੈ ਉਸ ਨੂੰ ਭੁੱਲ ਵਿਸਾਰ ਗਏ ਹਾਂ ਡੰਡੀ ਸਿੱਖੀ ਦਾ ਸੰਦੇਸ਼ ਤੇ ਉਪਦੇਸ਼ ਸੁਮੁੱੱਚੇ ਲੁਕਾਏ ਲਈ ਹੈ ਨਤਾਣਿਆਂ ਨੂੰ ਤਣ ਨਮਾਣਿਆਂ ਨੂੰ ਮਣ ਨੋਟਿਆਂ ਨੂੰ ਓਟ ਅਤੇ ਨਥਾਵਿਆਂ ਨੂੰ ਥਾਵ ਦੇਣ ਦਾ ਨਾਰਾ ਵਿਸ਼ਵ ਚ ਸਭ ਤੋਂ ਪਹਿਲਾਂ ਸਿੱਖ ਗੁਰੂ ਸਹਿਬਾਨ ਨੇ ਲਾਇਆ ਸੀ ਅਤੇ ਮਲਕ ਭਾਗੋ ਦੇ ਸਾਹਮਣੇ ਭਾਈ ਲਾਲੋ ਨੂੰ ਉੱਚਾ ਰਤਬਾ ਦੇ ਕੇ ਲੁਟੇਰੀ ਜਮਾਤ ਨੂੰ ਕਿਰਤ ਦੇ ਮਾਣ ਕਰਨ ਦਾ ਸਬਕ ਸਿਖਾਇਆ ਸੀ ਡੰਡੀ ਅੱਜ ਦੇਸ਼ ਪਰਚ ਭ੍ਰਿਸ਼ਟਾਚਾਰ ਵਿਰੁੱਧ ਮੁਹਿਮ ਸਿਖਰਾਂ ਤੇ ਹੈ ਪੰਜਾਬ ਚ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਸਥਾਪਿਤ ਕਰਨ ਦਾ ਨਾਰਾ ਲਾਇਆ ਜਾ ਰਿਹਾ ਹੈ ਪਰੰਤੂ ਜਿਸ ਮਾਰਗ ਤੋਂ ਸਾਡੇ ਕੌਮ ਥੜਕ ਗਈ ਹੈ ਜਿਸ ਕਾਰਨ ਸਿੱਖੇ ਦੇ ਵੇੜੇ ਨਰਾਸ਼ਤਾ ਤੇ ਉਦਾਸੀ ਦਾ ਪਰਛਾਵਾਂ ਦਿਖਾਈ ਦੇਣ ਲੱਗਾ ਹੈ ਉਸ ਨੂੰ ਦੂਰ ਕਰਨ ਲਈ ਕਿਸੇ ਲਹਿਰ ਦੇ ਕਿਧਰੋਂ ਵੀ ਕੋਈ ਆਹਟ ਨਹੀਂ ਹੈ ਡੰਡੀ ਸਿੱਖੇ ਕਰਤਾਰ ਤੇ ਸਿੱਖ ਵਿਰਾਸਤ ਨੂੰ ਅਸੀਂ ਭੁੱਲ ਵਿਸਰ ਕਿਉਂ ਰਹੇ ਹਾਂ ਪ੍ਰਸ਼ੰਚਨ ਗੁਰਬਾਣੀ ਦਾ ਇਨਕਲਾਬੇ ਸੰਕਲਪ ਹੁਣ ਸਾਨੂੰ ਸਮਝ ਆਉਣਾ ਕਿਉਂ ਹਟ ਗਿਆ ਹੈ ਪ੍ਰਸ਼ੰਚਨ ਗੁਰਬਾਣੀ ਆਧਾਤਮਿਕ ਆਧਾਰ ਤੇ ਪਸ਼ੋਕੜ ਦੇ ਬਾਵਜੂਦ ਸਮਾਜਿਕ ਸੱਭਿਆਚਾਰਕ ਰਾਜਨੀਤਿਕ ਤੇ ਜ਼ਬਰ ਹਕੂਮਤ ਵਿਰੁੱਧ ਇੱਕ ਜਮਾਤੇ ਸੰਘਰਸ਼ ਹੈ ਅਤੇ ਇਸ ਮਾਰਗ ਤੋਂ ਇਲਾਵਾ ਮਾਨਵਤਾ ਦੇ ਭਲੇ ਤੇ ਖਿਆਰਿਆਂ ਦੇ ਦੁੱਖ ਦੂਰ ਕਰਨ ਦਾ ਹੋਰ ਕੋਈ ਰਾਹ ਨਹੀਂ ਹੈ ਫਿਰ ਵੀ ਅਸੀਂ ਇਸ ਮਾਰਗ 'ਤੇ ਚੱਲਣ ਲਈ ਜਾਣ ਬੁੱਝ ਕੇ ਅੰਨੇ ਕਿਉਂ ਬਣ ਰਹੇ ਹਾਂ ਪ੍ਰਸ਼ੰਚਨ ਸੰਸਾਰ ਦੇ ਇਤਿਹਾਸ ਕੋਲ ਅਜਿਹਾ ਸੂਰਮਾ ਯੋਧਾ ਤੇ ਰੱਬੀ ਸ਼ਖਸੀਅਤ ਦਾ ਸੁਆਮੀ ਨਹੀਂ ਜਿਸਨੇ ਸਰਬੰਸਦਾਨੇ ਵਾਂਗ ਸਰਬੰਸ ਵਾਰਕੈ ਫਿਰ ਜਾਫਰ ਨਾਮੇ ਜਤ ਦੇ ਚਿੱਠੇ ਵਰਗੇ ਮਹਾਨ ਰਚਨਾ ਕੀਤੇ ਹੋਵੇ ਡੰਡੀ ਉਹ ਜੋ ਕੇ ਸਿੱਖ ਲੀਡਰਸ਼ਿਪ ਤਾਂ ਸੁਵਾਰਥੀ ਲੋਭੀ ਲਾਲਚੇ ਪਖੰਡੇ ਪ੍ਰਸ਼ਟ ਤੇ ਸਿੱਖੇ ਦੇ ਮਹਾਨ ਵਿਰਾਸਤ ਤੋਂ ਭੱਜੇ ਹੋਏ ਹੈ ਪਾਰੇ ਅੱਜ ਕੋਈ ਗੁਰੂ ਦਾ ਸਿੱਖ ਗੁਰੂ ਦੇ ਗਿਆਨ ਵਾਲੇ ਰੋਸ਼ਨੀ ਨਾਲ ਜਾਗ ਮਗਾਉਂਦਾ ਨਹੀਂ ਦਿਸਦਾ ਜਿਸ ਕਾਰਨ ਅਸੀਂ ਮੰਗਵੇਂ ਰੌਸ਼ਨੀ ਲੈਣ ਲਈ ਤਰਲੋ ਮੱਛੇ ਹੋ ਰਹੇ ਹਾਂ ਡੰਡੀ ਮੰਨਿਆ ਸਿੱਖੀ ਦਾ ਮਾਰਗ ਔਖਾ ਹੈ ਇਸ ਤੇ ਚੱਲਣ ਲਈ ਲਾਲਚ ਹੋਮੇ ਤੇ ਤ੍ਰਿਸ਼ਨਾ ਦਾ ਤਿਆਗ ਕਰਨਾ ਪੈਂਦਾ ਹੈ ਆਪਣਾ ਹੰਕਾਰ ਛੱਡਣਾ ਪੈਂਦਾ ਹੈ ਤੇ ਤਲਵਾਰ ਦੀ ਤਾਰਨ ਤੋਂ ਤੇਜ ਤਾਰ ਤੇ ਤੁਰਨਾ ਪੈਂਦਾ ਹੈ ਪਰੰਤੋ ਆਪਣੇ ਵਰਸੇ ਦੇ ਮਹਾਨਤਾ ਤੋਂ ਟੁੱਟ ਕੇ ਅਸੀਂ ਕਿਹੜੇ ਪ੍ਰਾਪਤੇ ਕਰਾਂਗੇ ਪ੍ਰਸ਼ੰਚਨ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਦੇ ਮਨ ਚ ਅੱਜ ਵੀ ਸਿੱਖੇ ਪ੍ਰਤੇ ਮਾੜਾ ਮੋਟਾ ਦਰਦ ਅਤੇ ਸਾਡੇ ਮਹਾਨ ਗੁਰੂਆਂ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕਰਜ਼ੇ ਦਾ ਅਹਿਸਾਸ ਹੈ ਉਹਨਾਂ ਨੂੰ ਕੁਝ ਸੋਚਣਾ ਪਵੇਗਾ ਕਿ ਗੁਰੂਆਂ ਦੀ ਵਰਸੋਈ ਇਸ ਧਰਤ ਤੇ ਸਿੱਖੇ ਸਿਧਾਂਤਾਂ ਤੇ ਵਿਰਸੇ ਨੂੰ ਮਨਫੇ ਕਰਕੇ ਕਿ ਅਸੀਂ ਕੋਈ ਪ੍ਰਾਪਤੀ ਕਰ ਸਕਾਂਗੇ ਪ੍ਰਸ਼ੰਚਨ ਜੇ ਜਵਾਬ ਨਹੀਂ ਹੈ ਤਾਂ ਪੰਜਾਬ ਚੋਂ ਗੁਰੂ ਸਹਿਬਾਨ ਦੇ ਇਨਕਲਾਬੇ ਸੋਚ ਦਾ ਹੋਕਾ ਮੁੜ ਤੋਂ ਗੂੰਜਣਾ ਚਾਹੀਦਾ ਹੈ ਜਿਹੜਾ ਸਾਡੇ ਦੇਸ਼ ਦੀਆਂ ਹੱਦਾਂ ਬੰਨਾਂ ਨੂੰ ਟੱਪ ਕੇ ਪੂਰੇ ਵਿਸ਼ਵ ਚ ਗੂੰਜੇ ਅਤੇ ਜਗਤ ਬਾਬਾ ਗੁਰੂ ਨਾਨਕ ਸਹਿਬ ਵੱਲੋਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਨੂੰ ਸਮੁੱਚੇ ਮਾਨਵਤਾ ਵਿਸ਼ਵ ਸਮਾਜ ਦੇ ਕਲਿਆਣ ਲਈ ਅਪਣਾਉਣ ਨੂੰ ਤਤਪਰ ਹੋ ਜਾਵੋ ਡੰਡੀ